ਬਸ ਵਧੀਆ ਭਾਜੀ ਚੱਲੀ ਜਾਂਦੀ ਪੜ੍ਹਾਈ ਵੀ ਤੇ ਗਾੜੀ ਕੀ ਵੀ ਪਲਾਨ ਹੈ ਤੇਰਾ ਗਾੜੀ ਹੁਣ ਪਲੱਸ 2 ਦੇ ਪੇਪਰ ਆ ਮਹੀਨੇ ਡੇਢ ਤੱਕ ਤੇ ਉਹ ਕਰ ਲਈਏ ਤੇ ਫਿਰ ਅੱਗੇ ਜਿੱਦਾਂ ਭੂਆ ਕਹੂਗੀ ਉਦਾਂ ਕਰ ਲਾਂਗੇ ਨਾਲ ਹੀ ਵਧੀਆ ਗੱਲ ਜਿੱਦਾਂ ਉਹਨਾਂ ਕਹਿਣਾ ਉਦਾਂ ਕਰਨਾ ਆਪਾਂ ਉਦਾਂ ਦਾ ਆਈਲੈਟਸ ਦਾ ਕ੍ਰੇਜ਼ ਜ਼ਿਆਦਾ ਵਾ ਹੁਣ ਪਰ ਮੇਰੀ ਮੰਨੇ ਤੇ ਤੂੰ ਗਾੜੀ ਪੜ੍ਹਾਈ ਰੱਖੀ ਆਪਣੀ ਜਾ ਕੇ ਨਹੀਂ ਮੈਂ ਅੱਗੇ ਪੜ੍ਹਨਾ ਆ ਹੁਣ ਘਰ ਤੋਂ ਬਾਅਦ ਗ੍ਰੈਜੂਏਸ਼ਨ ਕਰੀ ਹਾਂਜੀ ਉਸ ਤੋਂ ਬਾਅਦ ਫਿਰ ਵੇਖੀ ਕੋਈ ਚਲੋ ਤੁਸੀਂ ਬੈਠੋ ਮੈਂ ਆਇਆ ਚੱਲ पढ़ाई कर नेक इंसान बनूगा शोभा आऊगी भूआ ने खड़े पढ़ा लिखा के चंगे थां लाया वाइया नूं की फायदा मिट्टी जी मिट्टी होना बिना सारी सारी झड़ी जिदा काम चलना चलन दी उदा ही ना ना मम्मी जी पहला इन पढ़ाओ लिखाओ वाई तो होंगी रहनी मुड़की वाई हो जूगी पहले अपने फ्यूचर बारे सोचे तू मेरी मान ला खेती बाड़ी वाले पासे ना होंगे ने पहले अपनी ग्रैजुएशन पूरी कर उस तो बाद वेखेंगे की करना चलो पढ़ लिख के है ना कोई नौकरी नाकरी करे ना पवे फिर वाई वल ते बाकी ये भी चल ये जोगा बड़ा कुछ आ निका हों मैं लिया हूं इन्हें इतना ही रहना है मम्मी चल जाने अभी जाए हैं टाइम बड़ा हो गया फिर लेट हो जाएंगे कोई गल नहीं चल दी टाइम बह जाओ मासी जी एडी छेती चल जाना तुम रोटी तो बिना मैं जान नहीं देना फुलके लाने बड़ा टाइम पे जान विच चलो मैं कर दी जाके रोटी का मेरे सोहरे का सूट मैं कर दूंगी बारी
कहना मेरा तो पोती सलावां देन दिया वा उनू इत्थे रख लो उनू पढ़ाओ उनू लिखाओ उहदा विआह करिए इहदा तां मैं घर जा के इलाज करांगी इत्थे तां नहीं हुण मैं कोई हैगी मैं तां नहीं सब कुछ मिल जूगा मेरे पुत नूं मेरे पुत ने खरे अपने पैरां ते आपे कुहाड़ा मार लैणा मैनूं मुंडे दी इलाज करना पैणा होर तां कोई गल नहीं उह वी कहण दी आ इत्थे ही रखणा वा इत्थे पढ़ावांगे इत्थे लिखावांगे इत्थे इहदा विआह करांगे मैं तो निका हों भी इतने रखा ही मैं इस लालच में रिश्ता थोड़ा लिया मैं तो लिया ही पैली के लालच में भी चल मेरे पोतरे पांच किले बन जाएंगे नाले घर बन जाएगा कोई नहीं पुत तेरा तो इलाज मैं जाके करनी है चलो वेख लो फिर जाना नहीं रोटी लगे ने लोन ते रोटी खा के जायो ਕਿੱਦਾਂ ਕਰਨੀ ਪੁੱਤ ਫਿਰ ਚਲੋ ਫਿਰ ਖਾ ਲੈਣਾ ਦੋ ਦੋ ਫੁਲਕੇ ਚਲ ਖਾ ਕੇ ਫਿਰ ਚੱਲੀਏ ਮੈਂ ਤਾਂ ਲੇਟ ਨਾ ਹੋ ਜਾਈਏ ਹਾਂਜੀ ਹਾਂਜੀ ਡੈਡੀ ਵੀ ਠੀਕ ਹੈ ਤੇ ਫੋਨ ਆਇਆ ਸੀ ਮੈਂ ਦੱਸਿਆ ਮੈਂ ਰੋਟੀ ਖਾ ਕੇ ਆਉਂਦੇ ਹਾਂ ਚਲੋ ਠੀਕ कपड़े दस दो जे तुसी कोल आना वा तो दे देंगे पिंड दे चलो कोई नी मैं पवित्र आवाज हांजी आयो कोई गल नहीं चुप करके बह जा तेनू बहुत पैसे दा वास्ते को खाना पीना तो नहीं मैं बथेरा कुछ खाता वे ਉਹਨਾਂ ਦੇ ਆਇਆ ਬਥੇਰਾ ਕੁਝ ਖਾਧਾ ਵੈ ਚੱਲ ਏਦਾਂ ਆ ਮਾਤਾ ਰਿਸ਼ਤੇਦਾਰ ਤੂੰ ਵਧੀਆ ਟਕਰਾ ਤੇ ਸਾਨੂੰ ਹਾਏ ਮੇਰਾ ਆਪਣਾ ਸੱਕਾ ਬਣੇਵਾ ਕਿਹੜੇ ਬਗਾਨੇ ਨੇ ਚਲੋ ਵਧੀਆ ਫੇਰ ਤੇ ਨਾ ਇਹਨੇ ਤੇ ਕਿਤੇ ਚੂੰ ਦੀ ਚਾਹ ਨਹੀਂ ਕਰਨ ਦੇਣੀ ਕਿਸੇ ਨੂੰ
ਨਹੀਂ ਮੈਂ ਕੁੜੀ ਨੂੰ ਵੀ ਸਮਝਾਇਆ ਆਪਣੀ ਨੂੰ ਨਹੀਂ ਉਹਨੂੰ ਧੀ ਨੂੰ ਵੀ ਸਮਝਾਓ ਹਾਂ ਮੈਂ ਕਿਹਾ ਉਹਨਾਂ ਦੀ ਇੱਜ਼ਤ ਕਰਨੀ ਸਹੁਰੇ ਪਰਿਵਾਰ ਦੀ ਤੇ ਕੋਈ ਵੱਧ ਘੱਟ ਗੱਲ ਨਹੀਂ ਕਰਨੀ ਚੰਗੀ ਸਮਝਦਾਰਾ ਕੁੜੀ ਵੀ ਸਮਝਦਾ ਸਮਝ ਜਾਏਗੀ ਤੇ ਚੰਗੀ ਰਹੇਗੀ ਉੱਥੇ ਵੀ ਕਿੰਨੇ ਕੁ ਨੇ ਸਰਫੇ ਜੇ ਤੇ ਜੀ ਆ ਉੱਥੇ ਵੀ ਇਹੋ ਹੀ ਆ ਚੰਗੀ ਰਹੇਗੀ ਤੇ ਸੋਭਾ ਹੀ ਆ ਮੇਰੀ ਵੀ ਸੋਭਾ ਵੈ ਹੋਰ ਨਾਲ ਤੁਹਾਡੀ ਵੀ ਮੈਂ ਤਾਂ ਆਪੇ ਹੋਏ ਸਮਝਾਉਂਦੀ ਹਾਂ ਵੀ ਆਪਣਾ ਨੂੰਹ ਸੱਸ ਵਧੀਆ ਮਾਵਾਂ ਧੀਆਂ ਵਾਂਗ ਰਹੋ ਨਹੀਂ ਰਹਿਣਗੀਆਂ ਰਹਿਣਾ ਚਾਹੀਦਾ ਲੈ ਬਈ ਆ ਗਏ ਹਾਂਜੀ ਹੋਰ ਕਿੱਦਾਂ ਵਧੀਆ ਮਾਰੇ ਵਾਂਡਾ ਹਾਂਜੀ ਸਤਿ ਸ੍ਰੀ ਅਕਾਲ ਹੋਰ ਫਿਰ ਠੀਕ ਠਾਕ ਹੀ ਹੋ ਸਾਰੇ ਹਾਂਜੀ ਵਧੀਆ ਚਲੋ ਫਿਰ ਗੱਲ ਸੁਣੀ ਮੇਰੀ ਹਾਂਜੀ ਉੱਥੇ ਕੀ ਕਰਨ ਡਿਆ ਹਾਂ ਇਹਨੂੰ ਪੜਾਓ ਇਹਨੂੰ ਲਿਖਾਓ ਵੇ ਮੈਂ ਇਸ ਕੰਮ ਵਾਸਤੇ ਰਸਤਾ ਲਿਆ ਹੈ ਹੈ ਮੰਮੀ ਤੇ ਉਹਨਾਂ ਦੀ ਉਮਰ ਪੜਨ ਲੱਗੇ ਹੁਣ ਨਹੀਂ ਪੜਾਉਣਾ ਪੜਾਉਣਾ ਕਦੋਂ ਉਹਨੂੰ ਤੇ ਤੂੰ ਤੁਹਾਨੂੰ ਕਹਿੰਦਾ ਇੱਥੇ ਹੀ ਰੱਖੋ ਇਹਦਾ ਵਿਆਹ ਕਰੋ ਓਦਾਂ ਦੀਆਂ ਉਹ ਮੈਂ ਪੈਲੀ ਕਰਕੇ ਲਾਲਚ ਕੀਤਾ ਨਾਲੇ ਮੈਂ ਘਰ ਕਰਕੇ ਕੀਤਾ ਸੀ ਤੇ ਜੇ ਉੱਥੇ ਮੁੰਡਾ ਰੱਖ ਲਿਆ ਤਾਂ ਸਾਨੂੰ ਕੀ ਉੱਥੋਂ ਮਿਲਿਆ ਮੰਮੀ ਜੀ ਜੇ ਉੱਥੇ ਰੱਖਿਆ ਵਾ ਤੇ ਮੇਰਾ ਵੀ ਆਉਣ ਜਾਣ ਬਣਿਆ ਰਹੂਗਾ ਉੱਥੇ ਅੱਛਾ ਤੈਨੂੰ ਆਉਣ ਜਾਣ ਦੀ ਲੱਗ ਗਈ ਆ ਤੈਨੂੰ ਇਹ ਨਹੀਂ ਪਤਾ ਵੀ ਜੋ ਕੁਛ ਵਾ ਮੇਰੇ ਜੋਗਾ ਹੋ ਜੂਗਾ ਮੰਮੀ ਜੀ ਲਾਲਚ ਨਾ ਕਰਿਆ ਕਰੋ ਰੱਬ ਦਾ ਤਾਂ ਸਾਰਾ ਜ਼ਮੀਨ ਸਾਡੇ ਕੋਲ ਜ਼ਮੀਨ ਹੈ ਨਹੀਂ ਜੇ ਮੇਰੇ ਕੋਲ ਇੱਦਾਂ ਉਂਗਲ ਨਾ ਕਿਉਂ ਨਿਕਲਿਆ ਮੈਨੂੰ ਟੇਢੀ ਵੀ ਕਰਨੀ ਆਉਂਦੀ ਹੈ ਚੁੱਪ ਕਰ ਜੂ ਜੇ ਬਲਜੀਤ ਸੁਣਗੀ ਕੀ ਸੋਚੂ ਸਾਡੇ ਬਾਰੇ ਨਾਲੇ ਮੇਰੀ ਸੁਣ ਗੱਲ ਜਦੋਂ ਉੱਥੇ ਮੈਂ ਨਹੀਂ ਪੈਸੇ ਦਿੱਤੇ ਤਾਂ ਤੈਨੂੰ ਬੜੀ ਜਾਚ ਆਈ ਉੱਥੇ ਪੈਸੇ ਫੜਾਉਣ ਦੀ ਉਹਦੇ ਭਰਾ ਨੂੰ ਨਹੀਂ ਤੇ ਉਦੋਂ ਤੇ ਉੱਥੇ ਆਖੀ ਨਾ 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 ਸੂਟ ਨਹੀਂ ਲੈਣੇ ਸੂਟ ਨਹੀਂ ਲੈਣੇ ਮੈਨੂੰ ਕੀ ਪਤਾ ਤੁਸੀਂ ਸਾਰਾ ਕੁਝ ਹੜੱਪ ਨੂੰ ਫਿਰਦੇ ਨੇ ਇਹਨਾਂ ਦਾ ਧੀ ਵਾਲੇ ਆ ਜੋ ਦਿੰਦੇ ਆ ਲੈ ਲਈਦਾ ਜੇ ਹੁੰਦਾ ਚੁੱਪ ਕਰਕੇ ਇਹਨਾਂ ਲਾਲਚ ਨਹੀਂ ਕਰੀ ਮੰਮੀ ਵਾਹ ਰੱਬ ਬਹੁਤ ਸਿਆਣਾ ਵਾ ਹੁਣ ਕਿੱਡੀ ਛੇਤੀ ਉਹਦੇ 500 ਰੁਪਈਆ ਫੜਾਇਆ ਤੇਰੇ ਕੰਨ 'ਚ ਉਹਨੇ ਫੂਕ ਮਾਰਤੀ ਹੋਣੀ ਹੈ ਕਿਸੇ ਨੇ ਫੂਕ ਨਹੀਂ ਮਾਰੀ ਨਾਲੇ ਨਾ ਥੋੜ੍ਹਾ ਜਿਹਾ ਸ਼ਾਂਤ ਰਿਹਾ ਕਰੋ ਅੱਛਾ ਹੁਣ ਤੂੰ ਮੈਨੂੰ ਸ਼ਾਂਤ ਲੱਗਾ ਰੱਖਣ ਇਹ ਕੰਮ ਨੂੰ ਨਹੀਂ ਮੈਂ ਵਿਆਹ ਕਰਾਇਆ ਕਿਤੇ ਕਲਾ ਪਈ ਜਾ ਕਰੇ ਰੋਜ਼ ਦਿਨ ਮੈਂ ਨਹੀਂ ਸ਼ਾਂਤ ਰਹਿਣਾ ਮੈਂ ਪੈਲੀ ਨੂੰ ਲਾਲਚ ਨੂੰ ਰਿਸ਼ਤਾ ਕੀਤਾ ਹੀ ਉਹ ਮੈਂ ਹੋਰ ਇਹ ਕੁੜੀ ਦਾ ਮੂੰਹ ਵੇਖਣਾ ਹੈ ਤੇ ਡੈਡੀ ਨੂੰ ਪਤਾ ਲੱਗ ਗਿਆ ਡੈਡੀ ਨੇ ਦੁਆਲੇ ਹੋਣਾ ਤੁਹਾਡੇ ਕੋਈ ਗੱਲ ਨਹੀਂ ਡੈਡੀ ਨਾਲ ਵੀ ਗੱਲ ਕਰ ਮੈਂ ਨਹੀਂ ਤੁਹਾਡੀ ਕਿਸੇ ਗੱਲ ਨਾਲ ਵੀ ਸਹਿਮਤ ਨਾ ਮੈਂ ਪੈਲੀ ਲੈਣੀ ਜੀ ਤੇ ਮੈਂ ਤੈਨੂੰ ਦੱਸਾਂ ਵੀ ਮੈਨੂੰ ਏਡਾ ਡਰ ਵੀ ਨਹੀਂ ਹੈਗਾ ਜਿਹੜਾ ਤੂੰ ਹੁਣੇ ਉਹਦੇ ਥੱਲੇ ਲੱਗ ਗਿਆ ਵਾ ਵੀ ਮੈਂ ਡਰਨ ਡਿਆਂ ਵੀ ਉਹਨੂੰ ਪਤਾ ਹੀ ਨਾ ਲੱਗ ਜੇ ਕਿਸੇ ਗੱਲ ਦਾ ਤੇ ਮੈਂ ਤਾਂ ਜੇ ਪੈਲੀ ਲੈਣੀ ਹੈ ਉੱਥੋਂ ਇਹ ਗੱਲ ਮੈਨੂੰ ਸੱਦਿਆ ਸੀ ਆਹੋ ਮੈਂ ਤਾਂ ਹੀ ਸੱਦਿਆ ਸੀ ਮੈਂ ਨਹੀਂ ਹਾਲੇ ਤਾਂ ਦੋ ਦਿਨ ਨਹੀਂ ਹੋਏ ਤੇ ਜਿੱਦਾਂ ਕਹਿੰਦੀ ਓਦਾਂ ਹੀ ਮੰਨੀ ਜਾਣ ਡਿਆ ਉਹ ਆਪਣਾ ਪੋਤੀ ਨਹੀਂ ਹੁਣ ਸਿਆਣਾ ਵਾ ਫਿਰ ਮੈਂ ਵੀ ਕੀ ਕਰਨਾ ਹੀ